ज्ञान दी नगरी चैनल विच स्वागत सब दोस्तों दा। एक बार फिर हाजिर आप दी खिदमत विच अज दा ए वीडियो लेके उन्हां दोस्तों दे लई जो जिंदगी तो निराश हन, छोटी जी साखी आप जी नाल सांझी करनी है। कहिंदे ने कि एक बार एक रब दा प्यारा रब दा फकीर रस्ते विच जावे ते उसनूं एक बहुत वड्डा पत्थर मिलिया। पत्थर चक्किया उस फकीर ने ते एक मूर्तिकार को लै गया, उसनूं कहा कि इस पत्थर की एक वधिया जी मूर्ति बना दे उस भगवान की। जदों उस मूर्तिकार नूं भगवान की मूर्ति बनाउण दे लई उह पत्थर दित्ता ते उह थोड़े दे नाल सट्टा मारदा गया, सट्टा मारदा गया उस पत्थर ते, पर पत्थर इन्ना ज्यादा सख्त सी कि उह उहदे द्वारा मारियां गईयां सट्टां दे नाल एक भी कंतर नहीं टुटी। ਉਹ ਵਿਅਕਤੀ ਜਦੋਂ ਵਾਰ ਵਾਰ ਉੱਤੇ ਵਾਰ ਕਰੀ ਜਾਵੇ ਕਰੀ ਜਾਵੇ ਕਰੀ ਜਾਵੇ ਪਰ ਉਹ ਪੱਥਰ ਨਾ ਟੁੱਟੇ ਤੇ ਫਿਰ ਉਸਨੂੰ ਥੋੜਾ ਜਿਹਾ ਖਿਆਲ ਆਇਆ ਕਿ ਇਹ ਪੱਥਰ ਸਖ਼ਤ ਹੈ, ਸ਼ਾਇਦ ਨਹੀਂ ਟੁੱਟੇਗਾ ਤੇ ਉਸਨੇ 99 ਸੱਟਾਂ ਮਾਰੀਆਂ ਤੇ ਬਾਅਦ ਵਿੱਚ ਉਸਨੇ ਉਹ ਫਕੀਰ ਨੂੰ ਕਹਿਤਾ ਕਿ ਬਾਬਾ ਇਹ ਪੱਥਰ ਨਹੀਂ ਟੁੱਟਦਾ, ਇਹਦੀ ਭਗਵਾਨ ਦੀ ਮੂਰਤੀ ਨਹੀਂ ਬਣ ਸਕਦੀ, ਤੁਸੀਂ ਲੈ ਜਾਓ। ਤੋ ਉਹ ਫਕੀਰ ਨੇ ਪੱਥਰ ਚੱਕਿਆ ਤੇ ਅੱਗੇ ਜਾ ਕੇ ਇੱਕ ਹੋਰ ਮੂਰਤੀਕਾਰ ਸੀ ਉਸਨੂੰ ਦੇ ਦਿੱਤਾ। ਜਦੋਂ ਉਸਨੂੰ ਦੇ ਦਿੱਤਾ ਤੇ ਉਸਨੇ ਦੇਖਿਆ ਪੱਥਰ, ਕਹਿੰਦਾ ਬਾਬਾ ਵੀ ਇਹਦਾ ਕੀ ਬਣਾਉਣਾ? ਕਹਿੰਦੇ ਕਿ ਭਗਵਾਨ ਦੀ ਮੂਰਤੀ ਬਣਾ ਦਿਓ। ਤੇ ਜਦੋਂ ਉਸ ਵਿਅਕਤੀ ਨੇ ਥੋੜਾ ਚੱਕਿਆ ਤੇ ਸ਼ੈਣੀ ਚੱਕੀ, ਥੋੜਾ ਚੱਕਿਆ ਉਹਦੇ ਉੱਤੇ ਸੱਟ ਮਾਰੀ ਤੇ ਪਹਿਲੀ ਸੱਟ ਦੇ ਵਿੱਚ ਹੀ ਉਹ ਪੱਥਰ ਟੁੱਟ ਗਿਆ। ਤੇ ਉਹਨੇ ਹੌਲੀ ਹੌਲੀ ਕਰਦੇ ਕਰਦੇ ਨੇ ਇੱਕ ਰਾਤ ਲਾਈ, ਇੱਕ ਵਧੀਆ ਭਗਵਾਨ ਦੀ ਮੂਰਤੀ ਬਣਾ ਕੇ ਦੂਜੀ ਸਵੇਰ ਉਸ ਫਕੀਰ ਨੂੰ ਦੇ ਦਿੱਤੀ ਤੇ ਉਹ ਫਕੀਰ ਮੂਰਤੀ ਦੇ ਕੇ ਹੱਸਣ ਲੱਗ ਪਿਆ। ਤੋ ਉਸ ਵਿਅਕਤੀ ਨੇ ਪੁੱਛਿਆ ਕਿ ਬਾਬਾ ਕੀ ਹੋਈ, ਇਸ ਵਿੱਚ ਕੋਈ ਗਲਤ ਬਣ ਗਿਆ? ਕਹਿੰਦੇ ਨਹੀਂ ਨਹੀਂ ਗਲਤ ਨਹੀਂ ਬਣ ਗਿਆ। ਕਹਿੰਦੇ ਮੈਂ ਤਾਂ ਪਿਛਲੇ ਵਿਅਕਤੀ ਦੇ ਉੱਤੇ ਹੱਸ ਰਿਹਾ ਕਿ ਜਿਸ ਨੇ 99 ਵਾਰ ਇਸ ਤੇ ਥੋੜੇ ਚਲਾਉਣ ਤੋਂ ਬਾਅਦ ਸਿਰਫ ਇੱਕ ਥੋੜਾ ਹੋਰ ਚੱਲਣਾ ਸੀ ਤੇ ਪੱਥਰ ਟੁੱਟਣਾ ਸੀ, ਉਹ ਆਪਣੀ ਹਿੰਮਤ ਹਾਰ ਗਿਆ ਤੇ ਇਸ ਨੂੰ ਉਹਨੇ ਛੱਡ ਦਿੱਤਾ। ਕਹਿੰਦਾ ਉਹ ਆਪਣੀ ਸਫਲਤਾ ਤੱਕ ਪਹੁੰਚਣ ਦੇ ਉੱਤੇ ਖੜਾ ਸੀ, ਦਰਵਾਜ਼ੇ ਤੇ ਖੜ ਕੇ ਮੁੜਿਆ। ਤੋ ਕਈ ਵਾਰੀ ਆਪਾਂ ਵੀ ਜ਼ਿੰਦਗੀ ਵਿੱਚ ਇੱਦਾਂ ਕਰਦੇ ਹਾਂ ਕਿ ਜਦੋਂ ਸਫਲਤਾ ਮਿਲਣੀ ਹੁੰਦੀ ਹੈ ਤੇ ਆਪਾਂ ਥੱਕ ਕੇ ਪਿੱਛੇ ਮੁੜ ਜਾਈਦਾ, ਇੱਕ ਕੋਸ਼ਿਸ਼ ਰਹਿੰਦੀ ਹੁੰਦੀ ਹੈ ਆਖਰੀ, ਉਸ ਤੋਂ ਆਪਾਂ ਪਿੱਛੇ ਮੁੜ ਜਾਈਦਾ। ਤੋ ਆਸ ਕਰਾਂਗਾ ਕਿ ਅੱਜ ਦੇ ਇਸ ਕਿੱਸੇ ਵਿੱਚੋਂ ਕੁਝ ਸਮਝ ਲੱਗਾ ਹੋਵੇ। ਨੁਕਤੇ ਦੀ ਗੱਲ ਤੋ ਜੋ ਸਾਂਝੀ ਹੋਈ ਹੈ ਆਪ ਜੀ ਨਾਲ ਕਮੈਂਟ ਕਰਕੇ ਜ਼ਰੂਰ ਦੱਸਣਾ। ਜਲਦ ਹਾਜ਼ਰ ਹੋਵਾਂ ਕਿਸੇ ਨਵੇਂ ਵੀਡੀਓ ਦੇ ਨਾਲ। ਤਦ ਤੱਕ ਲਈ ਹੱਕ ਮੁਰਸ਼ਦ ਸੱਚ ਮੁਰਸ਼ਦ।